ਦੁਨੀਆ ਦੇ ਰਾਜਨੀਤਿਕ ਇਤਿਹਾਸ ਵਿੱਚ ਵੱਡੇ ਵੱਡੇ ਮਹਾਰਾਜੇ ਅਤੇ ਬਾਦਸ਼ਾਹਾਂ ਦਾ ਨਾਮ ਸਾਹਮਣੇ ਆਉਂਦਾ ਹੈ, ਜਿਨ੍ਹਾਂ ਦਾ ਰਾਜ ਅਤੇ ਸਲਤਨਤ ਬਹੁਤ ਹੀ ਵੱਡੀ ਅਤੇ ਵਿਸ਼ਾਲ ਸੀ। ਇਹੀ ਮਹਾਰਾਜੇ ਅਤੇ ਬਾਦਸ਼ਾਹ ਪੂਰੀ ਦੁਨੀਆ 'ਤੇ ਰਾਜ ਕਰਨ ਦੇ ਦਾਅਵੇਦਾਰ ਵੀ ਬਣੇ, ਪਰ ਸਮਾਂ ਪਾ ਕੇ ਨਾ ਸਿਰਫ ਇਹ ਰਾਜ ਖਤਮ ਹੋਏ ਬਲਕਿ ਇਹਨਾਂ ਹੀ ਮਹਾਰਾਜਿਆਂ ਦੇ ਨਾਮ ਤੱਕ ਸਫਾ ਹਸਤੀ ਤੋਂ ਮਿਟ ਗਏ। ਪਰ ਇਹਨਾਂ ਹੀ ਇਤਿਹਾਸਕ ਪੰਨਿਆਂ ਵਿੱਚ ਕੁਝ ਅਜਿਹੇ ਉੱਚੇ ਕਿਰਦਾਰ ਜਿਨ੍ਹਾਂ ਨੇ ਨਾ ਹੀ ਕੋਈ ਸਲਤਨਤ ਕਾਇਮ ਕੀਤੀ ਅਤੇ ਨਾ ਹੀ ਕਿਸੇ ਰਾਜ ਦੇ ਦਾਅਵੇਦਾਰ ਸਨ, ਪਰ ਉਹਨਾਂ ਦੇ ਕਿਰਦਾਰ ਨੇ ਧਰਮ ਜ਼ਾਤ ਤੋਂ ਉੱਪਰ ਦਾ ਰਾਜ ਲੋਕਾਂ ਦੇ ਦਿਲਾਂ ਵਿੱਚ ਕਾਇਮ ਕੀਤਾ ਅਤੇ ਇਹ ਰਾਜ ਇੱਕ ਬਹੁਤ ਹੀ ਲੰਬੇ ਸਮੇਂ ਤੋਂ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਸਲਤਨਤ ਬਣਾ ਚੁੱਕਿਆ ਹੈ ਜੋ ਰਹਿੰਦੀ ਦੁਨੀਆ ਤੱਕ ਕਾਇਮ ਹੈ। ਇੱਕ ਇਹੋ ਜਿਹਾ ਮਹਾਨ ਕਿਰਦਾਰ ਪੰਜਾਬ ਅਤੇ ਸਿੱਖ ਇਤਿਹਾਸ ਵਿੱਚ ਇੱਕ ਬਾਦਸ਼ਾਹ ਦੇ ਰੂਪ ਦੇ ਵਿੱਚ ਨਜ਼ਰ ਆਉਂਦਾ ਹੈ, ਜੋ ਬੇਬੇ ਨਾਨਕੀ ਤੋਂ ਬਾਅਦ ਦੂਸਰੇ ਐਸੇ ਸ਼ਖਸ ਸਨ ਜਿਨ੍ਹਾਂ ਨੂੰ ਇਹ ਪਤਾ ਸੀ ਕਿ ਬਾਬਾ ਗੁਰੂ ਨਾਨਕ ਜੀ ਕੋਈ ਆਮ ਸ਼ਖਸ ਨਹੀਂ ਬਲਕਿ ਉਹ ਰੱਬ ਦੀ ਬਰਗਜ਼ੀਦਾ ਸ਼ਖਸੀਅਤ ਨੇ। ਅਸੀਂ ਗੱਲ ਕਰ ਰਹੇ ਹਾਂ ਰਾਏ ਬੁਲਾਰ ਖਾਨ ਪੱਟੀ ਜੀ ਅਤੇ ਤੁਹਾਨੂੰ ਲੈ ਕੇ ਆਏ ਹਾਂ ਕੋਟ ਹੁਸੈਨ, ਜਿੱਥੇ ਇਸ ਭੱਟੀ ਪਰਿਵਾਰ ਦੀ ਪੀੜ੍ਹੀ ਇੱਕ ਲੰਬੇ ਸਮੇਂ ਤੋਂ ਆਬਾਦ ਹੈ ਅਤੇ ਇਹ ਪਿੰਡ ਨਨਕਾਣਾ ਸਾਹਿਬ ਤੋਂ ਲਗਭਗ 3 ਕਿਲੋਮੀਟਰ ਦੇ ਫਾਸਲੇ ਉੱਪਰ ਹੈ। ਰਾਏ ਬੁਲਾਰ ਜੀ ਦਾ ਜਨਮ 1447 ਈਸਵੀ ਵਿੱਚ ਰਾਏ ਬੋਏ ਖਾਨ ਜੀ ਦੇ ਘਰ ਹੋਇਆ। ਰਾਏ ਬੋਏ ਖਾਨ ਜੀ ਇਸ ਪਿੰਡ ਦੇ ਚੌਧਰੀ ਸਨ। ਇਸ ਪਿੰਡ ਦਾ ਨਾਮ ਵੀ ਰਾਏ ਬੋਏ ਖਾਨ ਜੀ ਦੇ ਨਾਮ 'ਤੇ ਸੀ, ਜੋ ਮੌਜੂਦਾ ਨਨਕਾਣਾ ਸਾਹਿਬ ਹੈ। ਰਾਏ ਬੋਏ ਖਾਨ ਜੀ ਲਗਭਗ 39,000 ਏਕੜ ਜ਼ਮੀਨ ਦੇ ਮਾਲਕ ਸੀ ਔਰ ਇਸ ਲੰਬੀ ਚੌੜੀ ਜ਼ਮੀਨ ਦੀ ਸਾਂਭ ਲਈ ਮਹਿਤਾ ਕਲਿਆਣ ਦਾਸ ਨੂੰ ਮੁਨਸ਼ੀ ਰੱਖਿਆ ਗਿਆ ਸੀ। ਰਾਏ ਬੁਲਾਰ ਜੀ ਅਜੇ 8 ਹੀ ਸਾਲ ਦੇ ਹੋਏ ਸਨ ਕਿ ਇਹਨਾਂ ਦੇ ਵਾਲਦ ਰਾਏ ਬੋਏ ਖਾਨ ਜੀ ਭੱਟੀ ਦਾ ਇੰਤਕਾਲ ਹੋ ਗਿਆ ਅਤੇ ਜ਼ਮੀਨੋ ਜਾਇਦਾਦ ਦੀ ਸਾਰੀ ਜ਼ਿੰਮੇਦਾਰੀ ਮਹਿਤਾ ਕਲਿਆਣ ਜੀ ਕੋਲ ਆ ਗਈ। ਮਹਿਤਾ ਕਲਿਆਣ ਦਾਸ ਜੀ ਨੇ ਰਾਏ ਬੁਲਾਰ ਜੀ ਦੇ ਵੱਡੇ ਹੋਣ ਤੀਕਰ ਇਹ ਸਾਰੀ ਜ਼ਮੀਨ ਦੀ ਜ਼ਿੰਮੇਦਾਰੀ ਖੂਬ ਇਮਾਨਦਾਰੀ ਨਾਲ ਨਿਭਾਈ, ਜਿਸ ਕਰਕੇ ਦੋਵੇਂ ਪਰਿਵਾਰ ਬਹੁਤ ਹੀ ਕਰੀਬ ਆ ਗਏ। ਸੰਨ 1469 ਵਿੱਚ ਮਹਿਤਾ ਕਲਿਆਣ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਨਾਨਕ ਰੱਖਿਆ ਗਿਆ। ਇਤਿਹਾਸਕਾਰ ਲਿਖਦੇ ਨੇ ਕਿ ਇਸ ਦਿਨ ਜਿੰਨੀ ਖੁਸ਼ੀ ਮਹਿਤਾ ਕਲਿਆਣ ਜੀ ਦੇ ਘਰ ਸੀ, ਉਸ ਤੋਂ ਕਹੀਂ ਜ਼ਿਆਦਾ ਖੁਸ਼ੀ ਰਾਏ ਬੁਲਾਰ ਜੀ ਦੇ ਘਰ ਸੀ ਔਰ ਇਸੇ ਹੀ ਕਰਕੇ ਗੁਰੂ ਨਾਨਕ ਦੇਵ ਜੀ ਦੇ ਬਚਪਨ ਦੇ ਖੂਬਸੂਰਤ ਦਿਨ ਰਾਏ ਬੁਲਾਰ ਜੀ ਦੇ ਘਰ ਗੁਜ਼ਰੇ। ਰਾਏ ਬੁਲਾਰ ਜੀ ਨੇ ਵੀ ਗੁਰੂ ਜੀ ਨੂੰ ਬਚਪਨ ਤੋਂ ਹੀ ਪਿਤਾ ਵਾਂਗੂੰ ਪਿਆਰ ਦਿੱਤਾ, ਪਰ ਗੁਰੂ ਜੀ ਦੀਆਂ ਬਹੁਤ ਸਾਰੀਆਂ ਗੱਲਾਂ ਰਾਏ ਬੁਲਾਰ ਜੀ ਦੇ ਹਿਰ ਦੇ ਉੱਪਰ ਗਹਿਰੀ ਛਾਪ ਛੱਡਣ ਲੱਗੀ। ਗੁਰੂ ਜੀ ਦਾ ਬਚਪਨ ਵਿੱਚ ਹੀ ਪਾਂਧੇ ਨੂੰ ਉਪਦੇਸ਼ ਦੇਣਾ, ਜੰਝੂ ਨਾ ਪਾਉਣਾ, ਇੱਕ ਪ੍ਰਭੂ ਪਰਮਾਤਮਾ ਦੀ ਬੰਦਗੀ ਵਿੱਚ ਰਹਿਣਾ, ਮੌਜੂਦਾ ਮਾਲਜੀ ਸਾਹਿਬ ਵੇਖੇ ਇੱਕ ਫਨੀਅਰ ਸੱਪ ਦਾ ਉਹਨਾਂ ਦੇ ਚਿਹਰੇ ਉੱਪਰ ਛਾਂ ਕਰਨਾ, ਮੌਜੂਦਾ ਕਿਆਰਾ ਸਾਹਿਬ ਵੇਖੇ ਬਰਬਾਦ ਹੋਈ ਸਾਰੀ ਫਸਲ ਦਾ ਦੁਬਾਰਾ ਹਰਿਆ ਭਰਿਆ ਹੋਣਾ ਅਤੇ ਆਪਣੇ ਪਿਤਾ ਮਹਿਤਾ ਕਲਿਆਣ ਜੀ ਪਾਸੋਂ ਵਪਾਰ ਵਾਸਤੇ ਦਿੱਤੇ ਹੋਏ 20 ਰੁਪਏ ਗਰੀਬਾਂ ਅਤੇ ਲੋੜਵੰਦਾਂ ਵਿੱਚ ਇਸ ਕਰਕੇ ਵੰਡ ਦੇਣਾ ਕਿ ਇਹੀ ਵਪਾਰ ਸਭ ਤੋਂ ਉੱਚਾ ਅਤੇ ਸੁੱਚਾ ਹੈ। ਇਹਨਾਂ ਤਮਾਮ ਗੱਲਾਂ ਕਰਕੇ ਹੀ ਰਾਏ ਬੁਲਾਰ ਜੀ ਗੁਰੂ ਜੀ ਵੱਲ ਖਿੱਚਦੇ ਚਲੇ ਹੈ ਅਤੇ ਗੁਰੂ ਜੀ ਨਾਲ ਬਚਪਨ ਤੋਂ ਹੀ ਪਿਆਰ ਕਰਕੇ ਆਪਣੀ ਜਾਇਦਾਦ ਦਾ ਅੱਧਾ ਹਿੱਸਾ ਪੁੱਤਰਾਂ ਵਾਂਗ ਗੁਰੂ ਨਾਨਕ ਦੇਵ ਜੀ ਨੂੰ ਦੇ ਦਿੱਤਾ। ਬੇਸ਼ੱਕ ਗੁਰੂ ਜੀ ਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਇਸ ਜਾਇਦਾਦ ਨੂੰ ਚਾਤੀ ਤੱਕ ਨਹੀਂ ਮਾਰੀ, ਪਰ ਅੱਜ ਵੀ ਮਾਲ ਰਿਕਾਰਡ ਵਿੱਚ ਇਸ ਜਗ੍ਹਾ ਦੀ ਖੇਤੀ ਬਾਬਾ ਨਾਨਕ ਹੀ ਕਰਦਾ ਹੈ। ਪੰਜਾਬੀ ਲਹਿਰ ਵੱਲੋਂ ਬਹੁਤ ਸਾਰਾ ਸਲਾਮ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੁਨੀਆ ਦੇ ਇਤਿਹਾਸ ਵਿੱਚ ਕੁਝ ਅਜਿਹੇ ਪੰਨੇ ਜੋ ਆਮ ਇਨਸਾਨ ਦੀ ਸੋਚ ਤੋਂ ਬਹੁਤ ਹੀ ਉੱਪਰ ਹਨ। ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਿੱਖ ਜਗਤ ਦਾ ਬਾਨੀ ਮੰਨਿਆ ਜਾਂਦਾ ਹੈ, ਉੱਥੇ ਹੀ ਮੁਸਲਮਾਨ ਵੀਰ ਗੁਰੂ ਨਾਨਕ ਦੇਵ ਜੀ ਨੂੰ ਉੱਚ ਦਾ ਪੀਰ ਮੰਨਦੇ ਨੇ। ਅੱਜ ਅਸੀਂ ਜਿਸ ਸ਼ਖਸ ਬਾਰੇ ਗੱਲ ਕਰਨ ਜਾ ਰਹੇ ਹਾਂ, ਉਹ ਮਹਾਨ ਸ਼ਖਸੀਅਤ ਹੈ ਰਾਏ ਬੁਲਾਰ ਭੱਟੀ। ਰਾਏ ਬੁਲਾਰ ਭੱਟੀ ਨੇ ਜਦ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਰੱਬ ਦਾ ਰੂਪ ਨੇ, ਤਾਂ ਉਹਨਾਂ ਨੇ ਜ਼ਾਤ ਪਾਤ ਬਰਾਦਰੀ ਧਰਮ ਤੋਂ ਉੱਚੀ ਸੋਚ ਨਾਲ ਬਾਬਾ ਜੀ ਦੇ ਨਾਂ
ਸਾਢੇ 700 ਮਰੱਬੇ ਲਗਭਗ 19,000 ਏਕੜ ਉਹਨਾਂ ਦੇ ਨਾਂ 'ਤੇ ਲਵਾ ਦਿੱਤੀ, ਜੋ ਰਹਿੰਦੀ ਦੁਨੀਆ ਤੱਕ ਉਹਨਾਂ ਦੇ ਨਾਂ 'ਤੇ ਹੀ ਰਹੇਗੀ। ਸੰਨ 1506 ਵਿੱਚ ਰਾਏ ਬੁਲਾਰ ਖਾਨ ਭੱਟੀ ਇਸ ਫਾਨੀ ਦੁਨੀਆ ਤੋਂ ਸਰੀਰਕ ਤੌਰ 'ਤੇ ਪਰਦਾ ਕਰ ਗਏ, ਪਰ ਸਿੱਖ ਇਤਿਹਾਸ ਵਿੱਚ ਉਹਨਾਂ ਦਾ ਨਾਮ ਸਦਾ ਵਾਸਤੇ ਅਮਰ ਰਹੇਗਾ।